ਅੱਛਾ ਦੋਸਤੋ, ਜਿਵੇਂ ਅਸਾਂ ਬੇਗ ਸਾਹਿਬ ਕਨੇ ਪੁੱਛੇ ਸੀ ਤੁਹਾਡੇ ਸਿਆਸੀ ਸਫ਼ਰ ਕਰਨ ਦੇ ਸ਼ੁਰੂ ਥਾਏ, ਕਿਵੇਂ ਸ਼ੁਰੂ ਥਾਏ, ਕੌਣ ਤੁਹਾਡੇ ਮੁੱਦੇ ਮੁਕਾਬਲਾ, ਉਹਦੇ ਬਾਅਦ ਸਾਡਾ ਆਈਡੀਆ ਹੈ ਕੋਈ ਬੇਗ ਸਾਹਿਬ ਦੇ ਸਵਾਲ ਲੈ ਕੇ ਤੁਹਾਡੇ ਆਪਣੇ 4 ਸਾਲਾ ਦੌਰ ਦੇ ਕਿਆ ਕਿਆ ਤੁਹਾਡੇ ਤਰੱਕਿਆਤੀ ਕੰਮ ਹਨ, ਉਹਨਾਂ ਬਾਰੇ ਦੱਸੇ ਸੋ। ਜੀ ਇਰਫਾਨ ਭਾਈ, ਇਹ ਤੋਂ ਸਭ ਅੱਛਾ ਸਵਾਲ ਕੀਤੇ, ਮੈਂ ਕੋ ਖੁਸ਼ੀ ਥਈ ਹੈ ਇਸ ਸਵਾਲ ਦੇ ਉੱਤੇ। ਮੈਂ 5 ਦਸੰਬਰ 2015 ਨੂੰ ਜਨਰਲ ਇਲੈਕਸ਼ਨ ਜਿੱਤ ਗਿਆ, ਉਹਦੇ ਉੱਤੋਂ ਨੂਨ ਲੀਗ ਨੇ, ਮਜ਼ੇ ਦੀ ਦਿਲਚਸਪ ਗੱਲ ਜਨਾਬ ਦੇ ਸ਼ਾਇਦ ਇਲਮੇ 'ਚ ਨਾ ਹੋਵੇ, ਪਬਲਿਕ ਕੋ ਵੀ ਸ਼ਾਇਦ ਯਾਦ ਆ ਵਜੇ, ਉਹਦੇ ਵਿੱਚ 1 ਸਾਲ ਪੂਰਾ ਤਾਂ ਉਹਨੇ ਕਿਸੇ ਕਿਸਮ ਦਾ ਨਾ ਕੋਈ ਹਲਫਨਾਮਾ ਚਵਾਏ, ਨਾ ਕੋਈ ਉਹਨੇ ਕੋਈ ਅਖਤਿਆਰ ਦਿੱਤੇ। ਇਹ ਸਿਲਸਿਲਾ ਗਏ ਪਿਆ 1 ਜਨਵਰੀ 2017 ਤੱਕ। ਸਾਡਾ ਸਟਾਲਟਿੰਗ ਨਹੀਂ, ਸਾਡਾ ਇਬਤਦਾਈ ਨਹੀਂ, ਕਾਨੂੰਨੀ ਤੌਰ ਦੇ ਉੱਤੇ, ਆਇਨੀ ਤੌਰ ਦੇ ਉੱਤੇ ਉਹ 1-1-2017 ਕਰਨਾ ਹੈ, ਜਿਹੜਾ ਆ ਕਨੇ ਮੁਖਤਸਰ ਅਰਸੇ ਦੇ ਵਿੱਚ 2019 ਦੇ ਵਿੱਚ ਜਿਹੜਾ ਮੇਰਾ ਖਿਆਲ ਆ ਦੇ ਆਕ ਨੇ ਉਹਨੇ ਐਂਡ ਕਰ ਦਿੱਤੇ। ਇਹ ਟੋਟਲ ਦੌਰਾ ਨਹੀਂ ਆ, ਇਹ 2 ਸਾਲ 2 ਸਾਲ 1 ਮਹੀਨਾ 2 ਸਾਲ 2 ਮਹੀਨੇ, ਉਹਦੇ ਵਿੱਚ ਇਹ ਜਿਹੜੇ ਸਭ ਕੋਲ 2 ਸਾਲ ਦੌਰਾ ਨਹੀਂ ਆ ਇਕਤਦਾਰ ਦਾ ਮਿਲੇ, ਅਲਹਮਦੁਲਿਲਾ ਉਹਦੇ ਵਿੱਚ ਅਸਾਂ ਕਾਫੀ ਸਾਰਾ ਕੰਮ ਕਰਾਏ ਸੀ ਕਿ ਮੇਰੀ UC ਜਿਹੜੀ ਮਹਿਰੂਮੀਆਂ ਦਾ ਸ਼ਿਕਾਰ ਹੈ, ਮਕਾਮੀ MPA ਜਿਹੜਾ ਹਮੇਸ਼ਾ 2002-2013 ਤੱਕ ਬਣਦਾ ਹੈ, ਹੁਣ ਵੀ ਉਹ ਮੌਜੂਦ ਹੈ, 2018 ਵੀ ਅੱਲਾ ਨੇ ਉਹ ਮੌਕਾ ਦੇ ਦਿੱਤਾ, ਉਹਨੇ ਖਾਸ ਕਰ ਮੇਰੀ UC ਸ਼ੇਰੂ ਦਸਤੀ ਜਿਹੜੀ ਸਾਬਕਾ ਹੈ ਉਹ ਮਹਿਰੂਮੀਆਂ 'ਚ ਰੱਖਿਆ ਹੋਇਆ ਹਾਂ, ਕੋਈ ਉਹਦੀ ਤਵੱਜੋ ਨਾ ਹੈ। ਉਹਦੇ ਵਿੱਚ ਮੈਂ ਆ ਕਨੇ ਪਹਿਲੇ ਸੋਲਿੰਗ ਸਟਾਲਟ ਕੀਤੀ, ਕੋਈ ਸਾਕੂ ਇਬਤਦਾਈ 600 ਫੁੱਟ ਸੋਲਿੰਗ ਮਿਲੀ, ਉਹ ਸੋਲਿੰਗ ਜਿਵੇਂ ਵੇਲੇ ਮੈਂ ਸਟਾਲਟ ਕਰਾਈ, ਉਹਦੇ ਬਾਅਦ ਕੋਈ ਥੋੜ੍ਹੀ ਜਿਹੀ ਖਲਬਲੀ ਮੱਚ ਗਈ ਕਿ MPAs ਆਪਣੇ ਜਿਹੜੇ ਨਾਲ ਦਾੜ ਪਿਟਕਾਰ ਸ਼ੁਰੂ ਕੀਤੀ, ਅਸੈਂਬਲੀ 'ਚ ਵੰਜ ਕਰਾਈ ਕਿ ਵੀ ਸਾਕੂ ਵੀ ਕੋਈ ਕੰਮ ਦਿੱਤੇ ਵੈਨ। ਉਹਦੇ ਬਾਅਦ ਵਾਲਾ ਅਜੇ ਇੰਨੇ ਦੇ ਕੰਮ ਸਟਾਰਟ ਨਾ ਥਏ ਹਨ, ਸਾਕੂ ਸਾਡੇ ਵਜ਼ੀਰ ਆਲਾ ਸਾਹਿਬ ਉਹ ਵਕਤ ਦੇ ਸ਼ਹਿਬਾਜ਼ ਸ਼ਰੀਫ ਨੇ ਢੇਰ ਸਾਰਾ ਫੰਡ ਦਿੱਤਾ, ਜਿਹਦੇ ਵਿੱਚ 25 ਲੱਖ ਦਾ ਕੰਮ ਹੈ, ਉਹ 25 ਲੱਖ ਦਾ ਕੰਮ ਅਸਾਂ ਆਕ ਨੇ ਆਪਣੀ UC ਦੇ ਵਿੱਚ, ਮੌਜ਼ੇ ਗਜਾਣੀ ਦੇ ਵਿੱਚ, ਮੌਜ਼ੇ ਸ਼ੇਰੂ ਦਸਤੀ 'ਚ ਔਰ ਮੌਜ਼ੇ ਕੋਟ ਬੂਟੇ 'ਚ ਅਸਾਂ ਇਹ ਸਟਾਲਟ ਕਰਾਇਆ। ਔਰ ਅਸਾਂ ਕੋ ਇੰਤਜ਼ਾਰ ਇਹ ਹਾਂ ਕਿ ਵੀ ਅਸਾਂ, ਚੂੰਕਿ ਮੇਰੀ UC ਦੇ 4 ਮੌਜ਼ੇ ਹਨ, ਵੀ ਆ ਚੌਥਾ ਮੌਜ਼ਾ ਹੈ ਕੁਛ ਹੱਕੋ ਕਾਰੇ ਕੋਛੇ ਵਿੱਚ ਵੀ ਬਈ ਕੰਮ ਸਟਾਰਟ ਕਰੇ ਸੂੰ, ਇਹ ਜੈ ਵੇਲੇ ਅਗਲਾ ਫੰਡ ਆ ਸੀ, ਲੇਕਿਨ ਬਦਕਿਸਮਤੀ ਨਾਲ ਉਹ ਫੰਡ ਦੇ ਅਗਲੇ ਦੇ ਆਵਣ ਤੱਕ ਉਹ ਤੱਕ ਅਸਾਕੂ, ਚੂੰਕਿ PTI ਦੀ ਹਕੂਮਤ ਆ ਗਈ 2018 ਦੇ ਵਿੱਚ, ਜਿਹਦਾ ਅੱਜ ਮੈਂ ਵੀ ਹਿੱਸਾ ਹਾਂ, ਚੂੰਕਿ ਬਹਾਦਰਗੜ੍ਹ ਖੋਸਾ ਗਰੁੱਪ ਦਾ ਹਿੱਸਾ ਹੈ, MPA ਸਰਦਾਰ ਮੋਹਸਿਨ ਅਤਾ ਖਾਂ, MNA ਸਰਦਾਰ ਅਮਜਦ ਫਾਰੂਕ ਖਾਂ ਖੋਸਾ ਸਾਹਿਬ, ਉਹ ਮੁਖਤਸਰ ਦੌਰਾਨੀਆ ਦੇ ਵਿੱਚ ਅਸਾਂ ਸੁਰਗਾਂ ਕਰਾਇਆ, ਉਹਦੇ ਵਿੱਚ ਸਰਦਾਰ ਜਾਵੇਦ ਖਾਂ ਵੀ ਵਲਾਬਾਦ ਵਿੱਚ ਨੂਨ ਲੀਗ ਕਨੇ ਗਿਣ ਆਇਆ, ਕਾਫੀ ਸਾਰਾ ਕੰਮ ਪਿੱਛੇ ਉਹ ਆ ਕਨੇ ਮੇਰੀ ਯੂਨੀਅਨ ਵਿੱਚ ਹੀ ਮੈਕਸੀਮਮ ਕੰਮ ਕਰਾਏ, ਔਰ ਜਿਹੜੇ ਮਤਲਬ ਉਹ ਵਾਲਾ ਲੋਕ ਰਿਵਾਰਡ ਵੀ ਦਿੱਤਾ ਔਰ ਉਹਨੇ ਕੋ ਵੋਟ ਵੀ ਦਿੱਤੇ। ਉਹਦੇ ਬਾਅਦ ਉਹ ਸਿਲਸਿਲਾ 2 ਸਾਲ ਦੇ ਬਾਅਦ ਰੁਕ ਗਿਆ। ਸਾਲਾ ਸਿਲਸਿਲੇ ਦੇ ਵਿੱਚ ਸੋਲਿੰਗ ਦੇ ਨਾਲ ਨਾਲ ਅਸਾਂ ਨਾਲੀਆਂ ਵੀ ਬਣਵਾਇਆ, ਉਹਦੇ ਨਾਲ ਅਸਾਂ ਮੋਗੇ ਦਿੱਤੇ, ਜੈਂ ਕੋ ਕੰਕਰੀਟ ਪਾਈਪ ਆਹਦਨ ਅਸਾਂ ਸਰੈਕੀਏ 'ਚ ਸਾਡੇ ਵਸੇ ਵਿੱਚ ਹੀ ਕੋ ਮੋਗੇ ਆਖਿਆ, ਕਾਫੀ ਹੱਦ ਤੱਕ ਅਸਾਂ ਉਹ ਮੋਗੇ ਚਲਾਏ, ਕਮ ਅਜ਼ ਕਮ ਉਹਨਾਂ ਦੀ ਤਾਦਾਦ ਕਮ ਅਜ਼ ਕਮ ਘੱਟ ਕਨੇ ਘੱਟ ਤਾਦਾਦ ਮੈਂ ਜਿਹੜੀ ਆਦਾ ਬੈਠਾ ਫੁੱਟ ਵਾਲੇ ਮੋਗੇ ਦੀ 1000+ ਘੱਟ ਮਹਿਦੂਦ ਅੰਦਾਜ਼ ਹੈ ਦੱਸਿਆ ਬੈਠਾ, ਤਾਂ ਕਿ ਰਿਕਾਰਡ ਹੋਈ ਹੋਵੇ ਜਿਹੜਾ, ਤਾਂ ਕਿ ਬੰਦਾ ਦੱਸੇ ਘੱਟ ਕਨੇ ਘੱਟ ਆਦਾ ਬੈਠਾ। ਅਤੇ ਨਏ 9 ਇੰਚ ਦੇ ਜਿਹੜੇ ਮੋਗੇ ਹਨ ਉਹ ਤਕਰੀਬਨ ਕਮੋ ਬੇਸ਼ 2000+ ਹਨ, 6 ਇੰਚੀ ਮੋਗੇ ਤਾਂ ਉਹ ਬੇ ਇੰਤਿਹਾ ਹਨ, ਚੂੰਕਿ ਉਹ ਨਾਲੀ ਵਾਸਤੇ ਯੂਜ਼ ਕਰਨ ਲੋਕ ਉਹ ਬੇ ਇੰਤਿਹਾ ਦਿੱਤੇ ਨੇ। ਸਿਲਾਈ ਮਸ਼ੀਨਾਂ ਕਾਫੀ ਸਾਰਿਆਂ ਦਿੱਤੇ ਨੇ ਪਬਲਿਕ ਕੋ, ਕਬਰਿਸਤਾਨ ਗਜਾਣੀ ਦੇ ਵਿੱਚ ਮਿੱਟੀ ਸਟਵਾਈ ਸੀ, ਕੁਛ ਮੁਖਤਲਿਫ ਰਸਤਿਆਂ ਦੇ ਉੱਤੇ ਮਿੱਟੀ ਸਟਵੇਂਦੇ ਰਹਿ ਗਏ ਹੈ, ਜਿੱਥਾਂ ਜਿਹੜੇ ਦੋਸਤਾਂ ਕੋ ਜ਼ਰੂਰਤ ਹੈ, ਬਸਤੀ ਸਜਰਾਣੀ 'ਚ ਮਿੱਟੀ ਸਟਵਾਈ ਸੀ, ਉੱਥਾਂ ਉਹਨੇ ਕੋਈ ਦੋਸਤਾਂ ਕੋ ਜ਼ਰੂਰਤ ਹੈ ਉਹਨੇ ਕੋ ਵੀ ਦਿੱਤੀ ਹਾਂ ਸੇ। ਮੁਖਤਸਰ ਇਹ ਚੂੰਕਿ 2-2.5 ਸਾਲ 'ਚ ਇਹੋ ਕੁਛ ਹੀ ਥੀ ਸਕਦੇ, ਮਜ਼ੀਦ ਅਗਰ ਟਾਈਮ ਦਿੱਤਾ ਵੈਂਦਾ ਬਲਦਿਆਤ ਕੋ ਟਾਈਮ ਪੂਰਾ ਕੀਤਾ ਵੈਂਦਾ, ਜੋ 5 ਸਾਲ 1-1-2022 ਤੱਕ ਸਾਰੀ ਵੈਸੇ ਓਰੀਜਨਲ ਡੇਟ ਜਿਹੜੀ ਆਈਨੀ ਤੌਰ ਦੇ ਉੱਤੇ ਸਾਕੂ ਆਈਨ ਦਿੰਦੇ ਤਾਰੀਖ ਹੈ ਉਹ ਆ ਕਨੇ ਜਿਹੜਾ ਨਾ ਅਸੀਂ 5-2019 ਕੋ ਆ ਕਨੇ ਖਤਮ ਕਰ ਦਿੱਤੀ PTI ਨੇ, ਇਮਰਾਨ ਖਾਨ ਸਾਹਿਬ ਨੇ। ਔਰ ਮੈਂ ਹੈਰਾਨ ਹਾਂ ਆਪਣੇ ਕਾਇਦ ਦੇ ਉੱਤੇ ਕਿ ਜਿਹੜਾ ਇੱਕ ਵਿਜ਼ਨ ਰੱਖਦਾ ਹਾਂ ਕਿ ਵੀ ਜਮਹੂਰੀਅਤ ਹੀ ਸਭ ਕੁਛ ਹੈ, ਜਮਹੂਰੀ ਨੁਮਾਇੰਦੇ ਆ ਕਨੇ ਜਮਹੂਰੀਅਤ ਕੋ ਹੀ ਖਤਮ ਕੀਤੇ, ਬਲਦਿਆਤ ਪਿੱਲਰ ਰੱਖਿਆ ਵੈਂਦੇ,
ਬਲਦਿਆਤ ਨੂੰ ਸਿਆਸਤ ਦੀ ਨਰਸਰੀ ਆਖਿਆ ਵੈਂਦੇ ਔਰ ਕਿਤਨਾ ਮਿਹਨਤ ਨਾਲ ਵੋਟ ਗਿਣੀ ਦਿਨ ਜਾਂ ਲੋਕ ਵੋਟ ਦੇਂਦਨ ਜਾਂ ਲੋਕ ਕਿਤਨਾ ਮਿਹਨਤ ਕਰਕੇ ਆਪਣਾ ਨੁਮਾਇੰਦਾ ਅਗੋ ਲੈਂਦਨ ਇਹ ਮਕਾਮੀ ਪਬਲਿਕ ਦੇ ਮਕਾਮੀ ਅਵਾਮੀ ਨੁਮਾਇੰਦੇ ਨੂੰ ਖਤਮ ਕਰਕੇ ਇਹ ਅਵਾਮ ਨਾਲ ਬਹੁਤ ਵੱਡੀ ਜ਼ਿਆਦਤੀ ਹੈ। ਅੱਛਾ ਦੋਸਤੋ ਸਾਰਾ ਮੇਰਾ ਸਵਾਲ ਹੈ ਬੇਗ ਸਾਹਿਬ ਕੋਲ ਇੱਕ ਥੋੜ੍ਹਾ ਜਿਹਾ ਇੱਕ ਸਖਤ ਸਵਾਲ ਹੀ ਹੈ ਬੇਗ ਸਾਹਿਬ ਤੁਸੀਂ ਸਰਦਾਰ ਮੋਹਸਿਨ ਖਾਨ ਦੇ ਨਾਲ ਹੋਏ ਸਿਆਸੀ ਵਾਬਸਤਗੀ ਦੁਆਰੀ ਉਹਨਾਂ ਨਾਲ ਹੈ ਤੁਹਾਡੀ ਪਾਰਟੀ ਕਿਹੜੀ ਹੈ ਸਿਆਸੀ ਪਾਰਟੀ ਨੂਨ ਲੀਗ ਪੀ ਟੀ ਆਈ ਪੀ 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 ਮਹਿਬੂਬ ਖਾਨ ਸਾਡਾ ਜਿਹੜਾ ਹੈ ਮੋਹਸਿਨ ਗਰੁੱਪ ਹੈ ਅਸਾਂ ਮੋਹਸਿਨ ਗਰੁੱਪ ਦੇ ਹੈ ਉਹ ਜਿਹੜੇ ਹੋਵਨ ਅਸਾਂ ਯਾਨੀ ਕਿ ਕਈ ਪਾਰਟੀ ਨਾਲ ਕੋਈ ਖਾਸ ਤਾਲੁਕ ਹੋਣ ਜਿਹਨੂੰ ਤੁਹਾਡਾ ਗਰੁੱਪ ਹੋ ਸੀ ਹੁਣ ਪਾਰਟੀ ਜ਼ਾਹਿਰ ਹੈ ਅਸਾਂ ਆਪਣੇ ਗਰੁੱਪ ਨਾਲ ਹੈ ਸੀ ਠੀਕ। ਅੱਛਾ ਅਗਲਾ ਸਵਾਲ ਹੈ ਮੇਰਾ ਬੇਗ ਸਾਹਿਬ ਕੋਲ ਬੇਗ ਸਾਹਿਬ ਕਿ ਤੁਹਾਡੇ 3000 ਦੇ ਕਰੀਬ ਵੋਟ ਹਨ ਤੁਸੀਂ ਜਿਵੇਂ ਕਿ ਦੱਸ ਚੁੱਕੇ ਹੋ ਪਹਿਲੇ ਇਹ ਜਿਹੜਾ ਜਨਰਲ ਇਲੈਕਸ਼ਨ 2018 ਗੁਜ਼ਰੇ ਇਹਦੇ 'ਚ ਤੁਹਾਡੇ ਕਿਤਨੀ ਵੋਟ ਨਿਕਲਤੇ ਨਹੀਂ ਯੂ ਸੀ 'ਚੋਂ ਤੁਹਾਡੇ ਆਪਣਾ ਸਰਦਾਰ ਮੋਹਸਿਨ ਖਾਨ ਦੇ ਤੁਹਾਡੇ ਗਰੁੱਪ ਦੇ ਜੀ ਜ਼ਬਰਦਸਤ ਮਹਿਬੂਬ ਖਾਨ 3093 ਵੋਟ ਹਾਂ ਮੇਰਾ ਸੀ ਅਤੇ ਅਸਾਂ ਜਿਹੜਾ ਸਰਦਾਰ ਮੋਹਸਿਨ ਖਾਨ ਵਾਸਤੇ ਖੇਡ ਸਕੀ ਹੈ ਉਹ ਸਾਨੂੰ 2500 ਵੋਟ ਮਿਲੇ 593 ਵੋਟ ਸਾਰਾ ਖੁੱਟ ਗਏ ਉਹ ਜੋ ਕਿ ਉਹ ਮਕਾਮੀ ਉਹ ਮੈਂ ਤੁਹਾਨੂੰ ਪਹਿਲੇ ਵੀ ਅਰਜ਼ ਕਰ ਚੁੱਕਾ ਕਿ ਵੀ ਜਿਹੜਾ ਨਾ ਅਸੀਂ ਲੁੰਡਤ ਔਰ ਖੋਸੇ ਵਾਲੀ ਗੱਲ ਤੁਸੀਂ ਵੀ ਖੋਸੇ ਹੋ ਮਾਦਰਤ ਨਾਲ ਉਹਦੇ ਵਿੱਚ ਸਾਡੇ ਦੇ ਵਿੱਚ ਲੁੰਡ ਬਿਰਾਦਰੀ ਜ਼ਿਆਦਾਤਰ ਆਪਣੇ ਲੁੰਡ ਸਰਦਾਰ ਜਾਵੇਦ ਖਾਨ ਸਾਹਿਬ ਹੋਰੇ ਕੋਈ ਪ੍ਰੈਫਰੈਂਸ ਦੇਣਗੀ ਇੱਥਾਂ ਅਤੇ ਉਹਦੀ ਵਜ੍ਹਾ ਨਾਲ ਪਿੱਛੇ ਥੋੜ੍ਹਾ ਜਿਹਾ ਸਾਡਾ 593 ਵੋਟ ਮੇਰੇ ਵੋਟਾਂ ਕਨੇ ਉਹ ਖੁੱਟ ਗਏ ਸੀ। ਅੱਛਾ ਅਗਲਾ ਸਵਾਲ ਤੁਹਾਡਾ ਆਪਣਾ ਜਿਹੜਾ ਏਰੀਆ ਤੁਹਾਡੀ ਬਿਰਾਦਰੀ ਹੈ ਜਾਂ ਪੋਲਿੰਗ ਸਟੇਸ਼ਨ ਹੈ ਉਹਦੇ 'ਚ ਤੁਹਾਡੇ ਵੋਟ ਕਿਤਨੀਆਂ ਹਨ ਔਰ ਮੋਹਸਿਨ ਖਾਨ ਦੇ 2018 ਦੇ ਜਨਰਲ ਇਲੈਕਸ਼ਨ 'ਚ ਕਿਤਨੀਆਂ ਜੀ ਮੇਰੇ ਜ਼ਾਤੀ ਪੋਲਿੰਗ ਦੇ ਉੱਤੇ ਮੇਰਾ ਪੋਲਿੰਗ ਹੀ ਗਜਾਣੀ ਅਤੇ ਮੇਰਾ ਮੌਜ਼ਾ ਵੀ ਗਜਾਣੀ ਹੈ ਉਹਦੇ ਵਿੱਚ ਮੇਰੇ ਜ਼ਾਤੀ ਹਨ 1258 ਵੋਟ ਸੀ ਸਰਦਾਰ ਮੋਹਸਿਨ ਖਾਨ ਸਾਹਿਬ ਦੇ ਹਨ 800 ਵੋਟ 458 ਵੋਟ ਸਿਰਫ ਹੀ ਇੱਕ ਪੋਲਿੰਗ ਦੇ ਉੱਤੇ ਸਾਡਾ ਖੁੱਟੇ ਸੀ ਉਹਦੀ ਵਜ੍ਹਾ ਸਿਰਫ ਔਰ ਲੁੰਡ ਅਤੇ ਖੋਸੇ ਵਾਲੀ ਗੱਲ ਹੈ ਤੁਹਾਡੀ ਬਿਰਾਦਰੀ ਕੋਲੋਂ 400 ਵੋਟ ਤੁਹਾਡਾ ਖੁੱਟ ਗਏ। ਅੱਛਾ ਅਕਸਰ ਸੁਣਦੇ ਰਹੇ ਨੇ ਕਿ ਅਮਾਨ ਸਾਹਿਬ ਇਹ ਅਲੱਗ ਖੜੇ ਨੇ ਪੂਰੀ ਬਿਰਾਦਰੀ ਹੀ ਅਲੱਗ ਖੜੀ ਹੈ ਇੱਕ ਮੋਟੀ ਜਿਹੀ ਮਿਸਾਲ ਹੈ ਕਿ ਤੁਹਾਡੇ ਮੇਰੇ ਖਿਆਲ ਕੋਈ ਕਲੋਜ਼ ਫਰੈਂਡ ਸੋਰੀ ਕਲੋਜ਼ ਕਜ਼ਨ ਹੀ ਹਨ ਮੇਰੇ ਖਿਆਲ 'ਚ ਮਜੀਦ ਖਾਨ ਆਦਨ ਕਿ ਉਹ ਅਮਾਨ ਅਤਾ ਕੋਲ ਅਲੱਗ ਖੜਨ ਤੇ ਸਰਦਾਰ ਜਵੇਦ ਖਾਨ ਨਾਲ ਖੜਨ ਪਹਿਲੇ ਤਾਂ ਨਾ ਹਨ ਹੁਣ ਕੋਈ ਵੀ ਕੋਈ ਹੋ ਸਕਦਾ ਕੋਈ ਪਾਲਿਸੀ ਹੋਵੇ ਤੁਹਾਡੀ ਜਾਂ ਕੋਈ ਵੀ ਵਜ੍ਹਾ ਹੈ ਉਹ ਅਗਰ ਤੁਸੀਂ ਵਜ੍ਹਾ ਦੱਸਾ ਸਕੋ ਤਾਂ ਕਿਆ ਵਜ੍ਹਾ ਹੈ ਇਹ ਹਕੀਕਤ ਹੈ ਜਾਂ ਨਹੀਂ ਹਕੀਕਤ ਉਹ ਮੇਰੇ ਕਜ਼ਨ ਤਾਂ ਨਹੀਂ ਸੀ ਮਜੀਦ ਖਾਨ ਮੇਰੇ ਬਹਿਲੋਈ ਹਨ ਸੀ ਉਹਦੇ ਵਿੱਚ ਆਪਣੀ ਸਿਆਸੀ ਆਪਣੀ ਆਪਣੀ ਵਾਬਸਤਗੀ ਹੁੰਦੀ ਹੈ ਉਹ ਹਵਾਲੇ ਨਾਲ ਤੋਂ ਸਾਰੇ ਕੁਝ ਆ ਕੇ ਸਰਦਾਰ ਜ਼ੁਲਫਕਾਰ ਅਲੀ ਖਾਨ ਸਾਹਿਬ ਹੋਰੀ ਪੀ ਟੀ ਆਈ ਦੇ ਇਲੈਕਸ਼ਨ ਦੇ ਉੱਤੇ ਲੜਿਆ ਅਤੇ ਸਰਦਾਰ ਦੋਸਤ ਮੰਦ ਖਾਨ ਪੀ 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 ਐਚ ਹਨ ਇਹ ਚੀਜ਼ ਕੋ ਤੁਸੀਂ ਆਪ ਬਿਹਤਰ ਸਮਝਦੇ ਹੋ ਉਹਦੇ ਵਿੱਚ ਇਹ ਹੁੰਦੇ ਵੀ ਆ ਉਹਨੇ ਦੀ ਵਾਬਸਤਗੀ ਠੀਕ ਗਈ ਸਰਦਾਰ ਜਾਵੇਦ ਖਾਨ ਸਾਹਿਬ ਹੋਰੀ ਨਾਲ ਅਤੇ ਸਾਡਾ ਚੁੱਕੇ ਤਾਲੁਕ ਹੈ ਸਰਦਾਰ ਮੋਹਸਿਨ ਖਾਨ ਸਾਹਿਬ ਹੋਰੀ ਨਾਲ ਅਸਾਂ ਉਹਨੇ ਦੀ ਸਪੋਰਟ ਕੀਤੀ ਹੈ ਉਹਨੇ ਮਜੀਦ ਖਾਨ ਸਾਹਿਬ ਹੋਰੀ ਉਹ ਸਪੋਰਟ ਕੀਤੀ ਸਰਦਾਰ ਜਾਵੇਦ ਖਾਨ ਸਾਹਿਬ ਹੋਰੀ ਦੀ ਉਹਦੇ ਵਿੱਚ ਇੱਕ ਬਿਰਾਦਰੀ ਨਹੀਂ ਮੋਜ਼ੇ ਗਜਾਣੀ ਦਾ ਜਿਹੜਾ ਇਲੈਕਸ਼ਨ ਹੈ ਇਹਦੇ ਵਿੱਚ ਓਵਰਆਲ ਮਿਨ ਜੁਮਲਾ 15-20 ਬਿਰਾਦਰੀਆਂ ਹਨ ਜਿਹਦੇ ਵਿੱਚ ਛੋਟੀਆਂ ਵੱਡੀਆਂ ਸਾਰੀਆਂ ਬਿਰਾਦਰੀਆਂ ਰਲ ਕਰਨੇ ਉਹਨੇ ਸਰਦਾਰ ਜਵੇਦ ਖਾਨ ਕੋਲ ਮੈਕਸੀਮਮ ਵੋਟ ਪਾਤੇ ਜਿਹਦੀ ਵਜ੍ਹਾ ਨਾਲ ਉਹ 458 ਵੋਟ ਸਾਡੇ ਕੋਲੋਂ ਮੈਦਾ ਵੋਟ ਸਾਬਕਾ ਕਰਨੇ ਉਹ ਖੁੱਟ ਗਿਆ। ਅੱਛਾ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਅਸਾਂ ਅਮਾਨਤਾ ਬੇਗ ਸਾਹਿਬ ਦੇ ਕੋਲੋਂ ਮੌਜੂਦ ਹੈ ਅਸਾਂ ਉਹਨਾਂ ਕਨੇ ਇਹ ਪੁੱਛ ਸੁਣਨੇ ਕਿ ਸਵਾਲ ਜਵਾਬ ਕਰੇ ਸੂ ਕਿ ਤੁਹਾਡੀ ਸਿਆਸਤ ਦਾ ਸਫ਼ਰ ਕਿਵੇਂ ਸ਼ੁਰੂ ਥਾ ਤਾਂ ਕਦੋਂ ਤੁਸੀਂ ਸਫ਼ਰ ਕੇ ਸਫ਼ਰ ਸ਼ੁਰੂ ਕੀਤਾ ਹੈ ਬੇਗ ਸਾਹਿਬ ਦਾ ਦੱਸੇ ਸੁਣੋਗੇ ਤੋਂ ਆਪਣੀ ਸਿਆਸਤ ਦੇ ਬਾਰੇ। ਜੀ ਸੀ ਮੈਂ 2015 ਕਨੇ ਬਲਦਿਆਤ 'ਚ ਇੰਠੀਆ ਸੀ ਬਹਾਦਰਗੜ੍ਹ ਖੋਸਾ ਗਰੁੱਪ ਦੇ ਪਲੇਟਫਾਰਮ 'ਤੇ ਉਹਦੇ ਬਾਅਦ ਅੱਲਾ ਸੀ ਮਿਹਰਬਾਨੀ ਕੀਤੀ ਅੱਲਾ ਸੀ ਜੀਤ ਦਿੱਤੀ ਮੱਦੇ ਮੁਕਾਬਲ ਮੇਰੇ ਜਿਹੜੇ ਹਨ ਉਹ ਇੱਕ ਨੇ ਸ਼ੇਰ ਦਾ ਨਿਸ਼ਾਨ ਹਾਂ ਬੇਕ ਨੇ ਬੱਲੇ ਦਾ ਨਿਸ਼ਾਨ ਹਾਂ ਮੇਰਾ ਨਿਸ਼ਾਨ ਬਾਲਟੀ ਹਾਂ ਦੋਸਤੇ ਖਾਸ ਸ਼ਫਕਤ ਕੀਤੀ ਔਰ ਅੱਲਾ ਤਾਲਾ ਦੀ ਖਾਸ ਕਰਮ ਨਵਾਜ਼ੀ ਨਾਲ ਅੱਲਾ ਸੀ ਜੀਤ ਦਿੱਤੀ ਅਸਾਂ ਜੀਤ ਗਏ ਉਸੇ ਇਹ ਸਫ਼ਰ ਉੱਥੋਂ ਕਨੇ ਇਰਫਾਨ ਭਾਈ ਸਟਾਰਟ ਥੀ ਆ। ਅੱਛਾ ਦੋਸਤੋ ਜਿਵੇਂ ਤੁਸੀਂ ਡਿੱਠੇ ਹੋ ਸਫ਼ਰ ਦੇ ਬਾਰੇ ਆਪਣੇ ਬਾਰੇ ਦੱਸਣੇ ਸਾਰੇ ਉਹਦੇ ਕਨੇ ਵੀ ਇਹ ਸਵਾਲ ਹੈ ਕਿ ਪਹਿਲੇ ਤੋਂ ਸਾਰੀ ਵਾਬਸਤਗੀ ਜਵੇਦ ਗਰੁੱਪ ਨਾਲ ਹੈ ਲੁੰਡ ਗਰੁੱਪ ਨਾਲ ਹੈ ਬਾਅਦ ਤੁਹਾਡੀ ਵਾਬਸਤਗੀ ਖੋਸਾ ਗਰੁੱਪ ਨਾਲ ਹੈ ਤੁਸੀਂ ਇਹ ਗਰੁੱਪ ਕਿਵੇਂ ਛੋੜੀ ਗਰੁੱਪ ਵਿੱਚ ਕਿਵੇਂ ਆਏ ਇਹਦੇ ਵਿੱਚ ਸੀ ਕੋਈ ਖਾਸ ਤਜ਼ਾਦ ਨਾ ਹਾਂ ਪਹਿਲੇ ਕਿਉਂਕਿ 2013 ਵਾਲਾ ਇਲੈਕਸ਼ਨ ਜਿਹੜਾ ਹਾਂ ਜਾਂ 2008 ਵਾਲਾ ਹਾਂ ਜਾਂ 2009 ਵਾਲਾ ਹਾਂ ਇੰਟਰੀ ਜਿਹੜੀ ਜਾਵੇਦ ਖਾਨ ਸਾਹਿਬ ਹੋਰੀ ਦੀ ਹੈ 2009 ਕਨੇ ਹੈ ਉਹ ਕਨੇ ਪਹਿਲੇ ਉਹ ਸਿਆਸਤ ਵਿੱਚ MPA ਸੱਤਾ ਤੱਕ ਕੋਈ ਨਾ ਹਨ
ਉਹ ਵੀ ਯੂ ਸੀ ਚੇਅਰਮੈਨ ਇੱਕ ਦਫ਼ਾ ਨਾਜ਼ਿਮ ਬਣੇ ਉਹ ਨਿਜ਼ਾਮਤ ਵਾਲਾ ਇਲੈਕਸ਼ਨ ਛੋੜ ਕੇ ਆਏ ਕਿਉਂਕਿ ਅਸਾਂ ਲੁੰਡ ਹੈ ਲੁੰਡ ਕੌਮ ਦੀ ਇੱਕ ਜਿਹੜਾ ਨਾ ਅਸੀਂ ਇਹ ਹਾਈ ਪਈ ਮਹਿਰੂਮੀ ਕਿ ਵੀ ਜਿਹੜਾ ਨਾ ਅਸਾਂ ਆਪਣਾ ਨੁਮਾਇੰਦਾ ਕਹਿਣ ਕਨੇ ਆਉਂ ਉਹਦੇ ਵਿੱਚ ਜਾਵੇਦ ਖਾਨ ਸਾਹਿਬ ਇੰਟਰ ਥੇ ਪਬਲਿਕ ਨੇ ਲੁੰਡੇ ਨੇ ਬਹੁਤ ਜ਼ਿਆਦਾ ਇਹਦੀ ਤਵੱਜੋ ਦਿੱਤੀ ਸਰਦਾਰ ਜਾਵੇਦ ਖਾਨ ਸਾਹਿਬ ਹੋਰੀ 2002 ਵਿੱਚ ਬਣ ਗਏ ਉਹਦੇ ਬਾਅਦ ਉਹਨੇ ਨਾਲ ਸਾਡਾ ਇਹ ਸਫ਼ਰ ਜਾਰੀ ਉਹ ਸਾਰੀ ਰਹਿ ਗਿਆ 2013 ਵਾਲਾ ਇਲੈਕਸ਼ਨ ਵੀ ਅਸਾਂ ਉਹਨਾਂ ਦੇ ਇਕੱਠੇ ਭੁਗਤਾਇਆ 2015 ਦਾ ਬਲਦੀਆਤ ਜੈ ਵੇਲੇ ਆਏ ਉੱਥੇ ਉਹਨੇ ਆਖੇ ਕਿ ਸਾਡਾ ਜਿਹੜਾ ਨੁਮਾਇੰਦਾ ਇਹ ਉਹ ਬਈ ਸੈਫੁੱਲਾ ਖਾਨ ਗਰਦਵਾਣੀ ਉਹ ਸੀ ਕਿਉਂਕਿ ਯੂ ਸੀ ਹਿੱਕਾ ਹੈ ਅਸਾਂ ਉਹਨੇ ਕੋਈ ਕਿਹਾ ਕਿ ਬਈ ਅਸਾਂ ਹੀ ਇਹਦੇ ਅਹਿਲ ਹੈ ਸਾਡੀ ਬਿਰਾਦਰੀ ਕੋ ਕਿਉਂਕਿ ਯੂ ਸੀ ਦੇ ਵਿੱਚ ਨੁਮਾਇੰਦਗੀ ਦਿੱਤੀ ਵਾਂਗੇ ਉਹਨੇ ਆਖਿਆ ਕਹਿਣਾ ਸੀ ਅਸਾਂ ਬਈ ਸੈਫੁੱਲਾ ਖਾਨ ਕੋ ਹੀ ਟਿਕਟ ਦੇਸੂ ਮਤਲਬ ਨੂਨ ਲੀਗ ਦੇ ਪਲੇਟਫਾਰਮ ਦੇ ਉੱਤੇ ਉਹ ਹਨ ਅਤੇ ਸ਼ੇਰ ਦਾ ਨਿਸ਼ਾਨ ਉਹਨੇ ਸੈਫੁੱਲਾ ਖਾਨ ਗਰਦਵਾਣੀ ਸਾਹਿਬ ਹੋਰੀ ਕੋ ਦਿੱਤਾ ਅਤੇ ਦੂਜੇ ਮੱਦੇ ਮੁਕਾਬਲ ਜਿਹੜੇ ਹਨ ਸਰਦਾਰ ਸੈਫ ਖਾਨ ਸਾਹਿਬ ਹੋਰੀ ਉਹਨੇ ਬੱਲੇ ਦਾ ਨਿਸ਼ਾਨ ਉਹਨੇ ਕਹਿੰਦੇ ਹਾਂ ਪੀ ਟੀ ਆਈ ਦਾ ਉਹ ਉਹਨੇ ਖਾਲਦ ਖਾਨ ਦਸਤੀ ਸਾਹਿਬ ਹੋਰੀ ਕੋ ਦਿੱਤਾ ਅਸਾਂ ਆਜ਼ਾਦ ਇਲੈਕਸ਼ਨ ਲੜਿਓ ਸੇ ਬਾਲਟੀ ਦੇ ਨਿਸ਼ਾਨ ਦੇ ਉੱਤੇ ਸਰਦਾਰ ਮੋਹਸਨ ਖਾਨ ਦੇ ਗਰੁੱਪ ਦੇ ਵਿੱਚ ਬਹਾਦਰਗੜ੍ਹ ਖੋਸਾ ਗਰੁੱਪ ਵਿੱਚ ਅੱਲਾ ਸਹੀ ਨੇ ਸਾਕੂ ਇਹਨੇ ਦੁਹਾਏ ਦੇ ਮੁਕਾਬਲੇ 'ਚ ਜੀਤ ਦਿੱਤੀ ਵੱਲੇ ਸਫ਼ਰ ਜਾਰੀ ਉਹ ਸਾਰੀ ਥੀ ਪਿਆ ਔਰ ਉਹ ਜਿਹੜਾ ਉਹ ਵਹਿੰਦਾ ਪਿਆ ਔਰ ਇਨਸ਼ਾਅੱਲਾ ਕਾਫੀ ਦੇਰ ਤੱਕ ਉਮੀਦ ਇਹ ਚਲਸੀ ਅੱਛਾ ਬੇਗ ਸਾਹਿਬ ਅਗਲਾ ਸਵਾਲ ਮੇਰਾ ਹੈ ਕਿ 2 ਸਾਲ ਦਾ ਮੈਕਸੀਮਮ ਤੁਹਾਡੇ ਕੋਲ ਦੌਰਾ ਨਹੀਂ ਆਈ ਉਹਦੇ 'ਚ ਕਰੀਬ ਕਰੀਬ ਜਿਹੜਾ ਹਰ ਬੰਦੇ ਕੋਲ ਪਤਾ ਹੈ ਤਕਰੀਬਨ ਕੋਈ 80-90 ਲੱਖ ਦੇ ਕਰੀਬ ਤੁਹਾਨੂੰ ਫੰਡਸ ਮਿਲਣ ਜਿਹੜੇ ਹਰ ਮਹੀਨੇ ਮਿਲਦੇ ਹਨ ਇਹਨਾਂ ਕੋਲੋਂ ਇਲਾਵਾ ਕਿਤਨੀ ਫੰਡਸ ਮਿਲਣ ਔਰ ਕਿਆ ਉਹ ਹਰ ਯੂ ਸੀ ਚੇਅਰਮੈਨ ਕੋ ਮਿਲਦੇ ਰਹਿ ਗਏ ਨੇ ਜਾਂ ਕੁਝ ਲੋਕਾਂ ਕੋ ਜਿਹੜੇ ਹਕੂਮਤ ਨਾਲ ਟੱਚਣ ਜਾਂ ਹਕੂਮਤੀ ਨੁਮਾਇੰਦੇ ਨਾਲ ਟੱਚਣ ਜੀ ਬਿਲਕੁਲ ਉਮਲੇ ਸੀ ਨੂਨ ਲੀਗ ਦਾ ਬੋਲਬਾਲਾ ਹਾ ਅਤੇ ਨੂਨ ਲੀਗੀ ਜਿਹੜੇ ਹਨ ਜਾਂ ਜਿਹੜੇ ਉਹਨਾਂ ਦੇ ਇਕੱਠੇ ਜੁਆਇੰਟ ਥੈਨ ਜਿਹੜੇ ਉਹਦਾ ਹਿੱਸਾ ਬਣਨ ਉਹਨੇ ਕੋ ਫੰਡਿੰਗ ਜ਼ਿਆਦਾ ਮੈਕਸੀਮਮ ਥਈਏ ਜਿਹੜੇ ਊਂ ਵੇਲੇ ਪੀ ਟੀ ਆਈ ਦਾ ਹਿੱਸਾ ਹਨ ਮੇਰਾ ਖਿਆਲ ਆ ਦੇ ਸਾਡੀ ਜਿਹੜੀ ਅਸੈਂਬਲੀ ਹੈ ਜ਼ਿਲ੍ਹੇ ਦੀ ਊਂ ਅਸੈਂਬਲੀ ਦੇ ਵਿੱਚ 13 ਜਾਂ 14 ਟੋਟਲ ਪੂਰੇ ਜ਼ਿਲ੍ਹੇ ਦੇ ਵਿੱਚ ਬੰਦੇ ਨੁਮਾਇੰਦੇ ਹਨ ਪੀ ਟੀ ਆਈ ਦੇ ਜਸਟ ਜਿਹੜੇ ਚੇਅਰਮੈਨ ਬਣੇ ਹਨ ਬੱਲੇ ਦੇ ਨਿਸ਼ਾਨ ਦੇ ਉੱਤੇ ਉਹ 13 ਜਾਂ 14 ਹਨ ਉਹਦੇ ਹਵਾਲੇ ਨਾਲ ਜ਼ਿਆਦਾ ਕਨੇ ਜ਼ਿਆਦਾ ਉਹਨਾਂ ਲੋਕਾਂ ਕੋਲ ਮੈਕਸੀਮਮ ਫੰਡਿੰਗ ਕੀਤੀ ਗਈ ਹੈ ਕਿ ਜਿਹੜੇ ਨੂਨ ਲੀਗ ਦਾ ਹਿੱਸਾ ਹਨ ਬਾਕੀ ਇਹ ਜਿਤਨਾ ਫੰਡ ਆਖਿਆ ਵੇਂਦੇ ਇਤਨਾ ਕੋਈ ਨਹੀਂ ਮਿਲਿਆ ਸੀ ਜਿਹੜਾ 3 ਲੱਖ ਪਰ ਮੰਥ ਆਉਂਦਾ ਹਾ ਉਹ 2 ਸਾਲ ਦੇ ਵਿੱਚ 6 ਮਹੀਨੇ ਤੋਂ ਉਹ ਕੋਈ ਨਹੀਂ ਆਇਆ ਸੀ ਉਹਦੇ ਵਿੱਚ ਵਾਲਾ ਸੈਕਟਰੀ ਕਾਸਿਦ ਨਾਇਬ ਕਾਸਿਦ ਇਹ ਇਹਨਾਂ ਤਰੀਨ ਦੀ ਜਿਹੜੀ ਤਨਖਾਹ ਹੈ ਉਹ ਮੈਕਸੀਮਮ ਬਣ ਵੇਂਦੀ ਹੈ ਕੋਈ 1.5-2 ਲੱਖ ਰੁਪਈਆ ਵੱਤ ਜਿਹੜਾ ਦਫ਼ਤਰ ਬਣਾਇਆ ਹੋਇਆ ਹਾ ਜਿਹੜਿਆਂ ਵਾਲਾ ਯੂਨੀਅਨ ਕੌਂਸਲਾਂ ਕੀਤੀਆਂ ਹੋਇਆ ਹਨ ਕਿਰਾਏ ਦੇ ਉੱਤੇ ਉਹਨਾਂ ਦੇ ਅਖਰਾਜਾਤ ਵੀ ਹਨ 15-20 ਹਜ਼ਾਰ ਥੀ ਵੇਂਦਾ ਹਾ ਕਿਰਾਇਆ ਵਗੈਰਾ ਅਤੇ ਕੁਝ ਖਰਚ ਅਖਰਾਜਾਤ ਵੀ ਥੀ ਵੇਂਦਾ ਹਾ ਇਹਦੇ ਵਿੱਚੋਂ 2 ਲੱਖ ਰੁਪਈਆ ਤਾਂ ਨਿਕਲ ਹੀ ਵੇਂਦਾ ਹਾ 3 ਲੱਖ ਹੀ 'ਚੋਂ ਅਤੇ 1 ਲੱਖ ਰੁਪਈਆ ਜਿਹੜਾ ਬਚਦਾ ਹਾ ਉਹਦੇ ਹਵਾਲੇ ਨਾਲ ਵੀ ਕਈ ਵੇਲੇ ਹੁਕਮਨਾਮਾ ਇਹ ਆਵੇਂਦਾ ਹਾ ਕਿ ਬਈ ਬੋਰਡ ਲਾ ਦਿਓ ਇਹ ਮੈਂ ਤੁਹਾਨੂੰ ਅੱਜ ਇੱਕ ਜ਼ਬਰਦਸਤ ਤੁਹਾਡੇ ਤਵੱਸੁਤ ਨਾਲ ਤੁਹਾਡੇ ਪਲੇਟਫਾਰਮ ਦੇ ਉੱਤੇ ਮੈਂ ਤੁਹਾਨੂੰ ਇੱਕ ਮਾਲੂਮਾਤ ਦੇਵਾਂ ਕਿ ਜਿਹੜੇ ਇਹ ਸਫਾਈ ਵਾਲੇ ਬੋਰਡ ਲੱਗੇ ਖੜਨ ਇਹ ਸੱਜੇ ਬੋਲਵਾ ਕੈਮਰੇ ਦੀ ਨਿਗਾਹ ਨਾਲ ਔਰ ਪੂਰੀ ਦੁਨੀਆ ਸੁਣੇ ਮੈਂ ਯਾਦ ਆਖਣਾ ਕਿ ਇਹ ਅਸਾਂ ਆਪਣੇ ਜੇਬੋ ਚੇਅਰਮੈਨ ਟੋਟਲੀ ਚੇਅਰਮੈਨ ਹੈ ਅਸਾਂ ਇਹ ਜਿਤਨਾ ਵੀ ਇਹ 6 ਮੇਰੇ ਵਾਰਡ ਹਨ ਮੇਰੀ ਯੂ ਸੀ ਦੇ ਇਹਨੇ 6 ਵਾਰਡਾਂ ਦੇ ਵਿੱਚ ਜਿਹੜੇ ਇਹ ਬੋਰਡ ਲੱਗੇ ਖੜਨ ਇਹ ਮੈਂ ਜੇਬੋ ਲਵਾ ਔਰ ਹੁਕਮਨਾਮਾ ਇਹ ਆਵੇਂਦਾ ਹਾਂ ਕਿ ਸਫਾਈ ਕਰੋ ਪਿੱਛੋਂ ਫੰਡ ਨਾ ਹੁੰਦਾ ਹਾਂ ਉਹ ਵੀ ਮੈਕਸੀਮਮ ਦਫ਼ਾ ਜਿਤਨਾ ਵੀ ਅਸਾਂ ਮੁਖਤਲਿਫ ਗਲੀਆਂ ਨਾਲੀਆਂ ਕੋ ਸਫਾ ਕਰਾਏ ਮੁਲਾਜ਼ਮੀਨ ਕਨੇ ਉਹ ਅਸਾਂ ਜੇਬੋ ਪੈਸੇ ਪੇ ਕੀਤਨ ਇਹ ਮੈਂ ਤੁਹਾਡੇ ਤਵੱਸੁਤ ਨਾਲ ਤੁਹਾਡੇ ਹੀ ਪਲੇਟਫਾਰਮ ਕੋ ਯੂਜ਼ ਕਰਨ ਜੇ ਹੋਏ ਬਿਹਤਰੀਨ ਮੌਕਾ ਸਮਝਦੇ ਹੋਏ ਇਹ ਮੈਂ ਤੁਹਾਨੂੰ ਦੱਸਦਾ ਪਿਆ ਸੀ ਤੋਰਦਾ ਅੱਛਾ ਬੇਗ ਸਾਹਿਬ ਲੋਕ ਆਦਨ ਕਿ ਤੁਹਾਡੇ ਜਿਹੜੇ ਵਾਈਸ ਚੇਅਰਮੈਨ ਹਨ ਜ਼ਕਾਉਲਾ ਸਾਹਿਬ ਉਹ ਤੁਹਾਡੇ ਖਿਲਾਫ ਤੁਹਾਡੀ ਕੋਈ ਕਰਪਸ਼ਨ ਪਕੜੀ ਨੇ ਜਾਂ ਕੋਈ ਮੁਖਾਲਫਤ ਹੀ ਐਂਟੀ ਕਰਪਸ਼ਨ ਨੇ ਤੁਹਾਡੇ ਖਿਲਾਫ ਕੋਈ ਦਰਖਾਸਤ ਦਿੱਤੀਆਂ ਨੇ ਔਰ ਤੁਹਾਨੂੰ ਵੀ ਛੋੜ ਗਿਆ ਸਾਰਾ ਘਰ ਪੈਰੀ ਕੋਈ ਕਰਪਸ਼ਨ ਪਕੜੀ ਹੋਵੇ ਨਾ ਤਾਂ ਮੈਂ ਡੇਕਿਆ ਵੀ ਆਹੋ ਮਹਾਂ ਅਤੇ ਉਹਦੇ ਵਿੱਚ ਐਸੀ ਕੋਈ ਗੱਲ ਨਾ ਹੈ ਇਹ ਜਸਟਿਸ ਇਲਜ਼ਾਮਾਤ ਹਨ ਉਹ ਇਲਜ਼ਾਮਾਤ ਦੀ ਬੁਨਿਆਦ ਦੇ ਉੱਤੇ ਉਹ ਪਿੱਛੇ ਕੋਈ ਜ਼ਹਿਰ ਨਹੀਂ ਕਰ ਸਕੇ ਨਾ ਥਿਮਣੀ ਹੈ ਨਾ ਹੁੰਦੀ ਇਹ ਨਾ ਇਵੇਂ ਹੁੰਦੇ ਇਹ ਸਰ ਸਿਰਫ ਆਪਣੀ ਮਤਲਬ ਸਿਆਸੀ ਸਕੋਰੇ ਵਾਲੀ ਕਹਾਣੀ ਹੁੰਦੀ ਹੈ ਕਿ ਕੱਲ੍ਹ ਕਲਾਂ ਮੈਂ ਵੀ ਯੂ ਸੀ ਦਾ ਇਲੈਕਸ਼ਨ ਲੜਕੇ ਨੇ ਬੰਦਾ ਇਹ ਸੋਚਿੰਦਾ ਪਿਆਰਾਂ ਦੇ ਵਿੱਚ ਚੇਅਰਮੈਨ ਬਣ ਵਾਂ ਵੈਸੇ ਮਹਿਬੂਬ ਖਾਂ ਇਹ ਮਾਮਲਾ ਮੇਰੀ ਯੂ ਸੀ ਤੱਕ ਮਹਦੂਦ ਨਾ ਹਾ ਹਰ ਯੂਨੀਅਨ ਕੌਂਸਲ ਦੇ ਵਿੱਚ ਚੇਅਰਮੈਨ ਵਾਈਸ ਚੇਅਰਮੈਨ ਦੀ ਜੰਗ ਹੈ ਔਰ ਉਹ ਚਲਦੀ ਰਹਿ ਗਈ ਹੈ ਉਹ 2 ਸਾਲ ਦਾ ਦੌਰਾ ਨਹੀਂ ਆ ਵੀ ਸ਼ਾਇਦ ਮੁਖਤਸਰ ਤੋਂ ਕੀਤਾ ਗਿਆ ਕਿ ਬਈ ਜਿਹੜਾ ਨਾ ਤਾਂ ਕਿ ਇਹ ਜਿਹੜੀ ਇਹਨਾਂ ਦੀ ਆਪਸ ਚੱਖ ਚੱਖ ਇਹ ਖਤਮ ਥੀਵੇ
ਅੱਛਾ ਬੇਗ ਸਾਹਿਬ, ਸਾਰਾ ਇਲਾਕਾ ਵੈਸੇ ਵੀ ਪਹਿਲੇ ਕੋਲੋਂ ਵੀ ਇਵੇਂ ਹੈ ਅਤੇ ਹੁਣ ਵੀ ਲੋਕ ਆ ਦੇਣ ਕਿ ਜਿਹੜੇ ਯੂਸੀ ਚੇਅਰਮੈਨ ਬਣਨ, ਇਹਨਾਂ ਦੀ ਇੱਕ ਡਿਊਟੀ ਲੱਗ ਗਈ ਹੈ ਬਈ ਥਾਣੇ ਦਾ ਕੰਮ ਕਰੋ, ਆਪਣੇ ਵੋਟਰ ਕੋਲ ਛੁਡਵਾਓ, ਮੁਖਾਲੇ ਵੋਟਰ ਦੇ ਖਿਲਾਫ ਕੋਈ ਪਰਚਾ ਕਰਵਾਓ ਜਾਂ ਮੁਖਾਲੇ ਵੋਟਰ ਕੋਲ ਛੁਡਵਾ ਕੇ ਉਹਦਾ ਵੋਟ ਆਪਣਾ ਪੱਕਾ ਕਰੋ, ਇਹਦੇ 'ਚ ਕਿਆ ਹਕੀਕਤ ਹੈ? ਕੋਸਾ ਸਾਹਿਬ, ਤੁਸੀਂ ਮਾਸ਼ਾਅੱਲਾ ਸਾਡੇ ਹੀ ਵਸੇਬਦੇ ਹੋ, ਬਾਹਰੋਂ ਦੇ ਕਾਇ ਨਹੀਂ ਵੀ। ਮੈਂ ਤੁਹਾਨੂੰ ਇਹ ਚੈਲੰਜ ਲੈਂਦਾ ਕਿ ਬਈ ਮੈਦੇ ਹੀ ਪੂਰੇ 2-2.5 ਸਾਲ ਦੇ ਦੌਰਾਨੀਆ ਦੇ ਵਿੱਚ ਕੋਈ ਇੱਕ ਬੰਦਾ ਦਿਖਾ ਲਓ ਕਿ ਜਿਹੜਾ ਆਖੇ ਕਿ ਅਮਾਨ ਅਤਾ ਬੇਗ ਨੇ ਸਾਡੇ ਉੱਤੇ FIR ਕਰਾਈਏ ਜਾਂ ਸਾਕੂ ਢਕਵਾਏ। ਮੇਰੀ ਸਿਆਸਤ ਦਾ ਮਕਸਦ ਇਹ ਰਹਿ ਗਏ ਕਿ ਛੁਡਵਾਉਣਾ ਹੈ, ਢਕਵਾਉਣਾ ਨਹੀਂ। ਬਾਕੀ ਜਹਾਂ ਤੱਕ ਮਾਮਲਾਤ ਹਨ ਥਾਣੇ ਦੇ, ਚੂੰਕਿ ਥਾਣਾ ਤਾਂ ਪਬਲਿਕ, ਇਹ ਚੋਲੀ ਦਾਮਨ ਦਾ ਸਾਥ ਹੈ ਹਿਕਮੇ ਨਾਲ, ਇਹ ਹਰ ਸੂਰਤ ਜ਼ਹਿਰ ਅਵਾਮੀ ਨੁਮਾਇੰਦਾ ਬਣਦਾ ਵੀ ਤਹੂੰ ਹੈ, ਤਾਂ ਕਿ ਮਾਮਲਾਤ ਪਬਲਿਕ ਦੇ ਅਵਾਮ ਦੇ ਹੱਲ ਕਰਾਵੇ। ਉਹ ਹਵਾਲੇ ਨਾਲ ਜ਼ਰੂਰ ਪਿੱਛੇ ਥਾਣੇ ਦੇ ਵਿੱਚ ਜਿਹੜਾ ਗੱਦਰ ਮੱਚਾ ਖੜ੍ਹੇ, ਉਹ ਵੀ ਤੁਸੀਂ ਬਿਹਤਰ ਸਮਝਦੇ ਹੋ। ਉਹਨੂੰ ਕੁਝ ਨਾ ਕੁਝ ਇਹ ਅਸਾਂ ਆਪਣੀ ਕੋਸ਼ਿਸ਼ ਕਾਵਿਸ਼ ਨਾਲ ਪਿੱਛੋਂ ਤੇ ਕਰਾਇਆ ਹੋਇਆ ਹਾਂ ਕਿ ਵੀ ਜਿਹੜਾ ਨਾ ਅਸੀਂ ਤਾਂ ਕਿ ਇਹ ਜਿਹੜੀ ਪਬਲਿਕ ਸਾਰੇ ਤੱਕ ਆਉਂਦੀ ਹੈ, ਇਹ ਤੁਸੀਂ ਮਿਹਰਬਾਨੀ ਕਰੋ, ਜ਼ੁਲਮ ਉਸੀ ਤਾਂ ਆਪਣਾ ਬੰਦ ਕਰੋ। ਔਰ ਜੇ ਤੱਕ ਤੁਸੀਂ ਇਹ ਡਿੱਠੇ ਅਸਾਂ ਚੇਅਰਮੈਨ ਹੱਸੇ ਪਏ, ਇਹ ਪੋਜੀਸ਼ਨ ਨਾ ਹੀ ਜਿਹੜੀ ਅੱਜ ਬਣ ਗਈ ਹੈ। ਅੱਛਾ ਵੇਖ ਸਾਹਿਬ, ਅਗਲਾ ਸਵਾਲ ਮੇਰਾ ਹੈ ਕਿ ਸਾਡਾ ਹਲਕਾ ਹੈ PP-287 ਔਰ NA-190, ਇਹਦੇ 'ਚ NA-190 ਔਰ PP-287 'ਚ ਸਭ ਕੋਲੋਂ ਵੱਡਾ ਮਸਲਾ ਤੁਹਾਡੀ ਨਿਗਾਹ 'ਚ ਕਿਹੜਾ ਹੈ ਔਰ ਉਹ ਕੋ ਕਿਵੇਂ ਹੱਲ ਕਰਨਾ ਚਾਹੀਦਾ ਹੈ? ਸਰ, ਸਭ ਤੋਂ ਵੱਡਾ ਜਿਹੜਾ ਮੇਨ ਮਸਲਾ ਹੈ ਸਾਡੇ ਕੋਲ ਮਿੱਠੇ ਪਾਣੀ ਦਾ ਹੈ, ਔਰ ਮਿੱਠੇ ਪਾਣੀ ਦਾ ਹੈ ਸਾਡੀ, ਖਾਸ ਕਰ PP-287 ਦੇ ਵਿੱਚ ਅਮਨ ਓ ਅਮਾਨ ਦੀ ਸੂਰਤ ਹਾਲ ਕਦਰੇ ਬਿਹਤਰ ਹੈ। ਉਹ ਹਵਾਲੇ ਨਾਲ ਮੈਂ ਇਲਤਜਾ ਕਰੇ ਸਾਂ, ਮੈਂ ਰਿਕੁਐਸਟ ਕਰੇ ਸਾਂ MNA ਸਾਹਿਬ ਕਨੇ, ਸਰਦਾਰ ਅਮਜਦ ਫਾਰੂਕ ਖਾਨ ਖੋਸੇ ਸਾਹਿਬ ਹੋਰੀ ਕਨੇ, ਚੂੰਕਿ ਮੇਰੇ ਉਹ ਲੀਡਰ ਵੀ ਹਨ, ਮੇਰੇ ਉਹ ਕਾਇਦ ਵੀ ਹਨ, ਮੇਰੇ ਉਹ ਗਰੁੱਪ ਦਾ ਮਾਣ ਵੀ ਹਨ, ਔਰ ਪੂਰੇ ਮੈਂ ਸਮਝਦਾ ਵਸੇਬ ਦਾ, ਉਹ ਚੂੰਕਿ ਜਿਹੜੀ ਸਿਆਸਤ ਕਰੇਂਦਨ ਇਜਤਮਾਈ ਕਰੇਂਦਨ, ਇਨਫਰਾਦੀ ਕੋਈ ਨਹੀਂ ਕਰੇਂਦੇ। ਮਿੱਠੇ ਪਾਣੀ ਦੀ ਰਿਕੁਐਸਟ ਹੈ ਕਿ ਜਿਤਨਾ ਵਾਟਰ ਸਪਲਾਈਆਂ ਮੈਕਸੀਮਮ ਥੀ ਸਕਣ, ਖਾਸ ਕਰ ਮੌਜਾ ਸ਼ੇਰੂ ਦਸਤੀ ਹੈ ਕਿ ਜਿਹੜਾ ਮੇਰੀ ਯੂਨੀਅਨ ਦਾ ਨਾਂ ਵੀ ਹਾ ਸਾਬਕਾ UC ਸ਼ੇਰੂ ਦਸਤੀ, ਮੌਜ਼ੇ ਸ਼ੇਰੂ ਦਸਤੀ ਦੇ ਵਿੱਚ ਮਿੱਠੇ ਪਾਣੀ ਦਾ ਬਹੁਤ ਵੱਡਾ ਮਸਲਾ ਹੈ। ਮੌਜ਼ੇ ਕੁਛ ਇੱਕ ਕਾਰੀ ਹੈ, ਕੁਝ ਕਦਰੇ ਹੱਲ ਹੈ, ਉੱਥਾਂ ਵਾਟਰ ਸਪਲਾਈ ਹੈ ਚੱਲਦੀ ਪਈ ਹੈ। ਮੈਂ ਇਹ ਰਿਕੁਐਸਟ ਕਰੇ ਸਾਂ ਕਿ ਮਿੱਠੇ ਪਾਣੀ ਦੇ ਮਾਮਲਾਤ ਜੇ ਰਹਿਣ ਉਹ ਹੱਲ ਕੀਤੇ ਵਜਾਂ। ਅੱਛਾ ਬੇਗ ਸਾਹਿਬ, ਆਖਰੀ ਮੇਰਾ ਸਵਾਲ ਹੈ ਤੁਹਾਡੇ ਕੋਲ, ਉਹ ਇਹ ਹੈ ਕਿ ਸਰਦਾਰ ਮੋਹਸਨ ਖਾਨ ਖੋਸਾ ਔਰ ਸਰਦਾਰ ਜਵੇਦ ਖਾਨ ਲੁੰਡ, ਇਹਨਾਂ ਦੋਨਾਂ 'ਚ ਕਿਆ ਫਰਕ ਹੈ? ਜ਼ਮੀਨ ਅਸਮਾਨ ਦਾ ਫਰਕ ਹੀ ਸੀ, ਤਫਸੀਲ ਜ਼ਮੀਨ ਅਸਮਾਨ ਦਾ ਫਰਕ ਹੀ ਸੀ। ਸਰਦਾਰ ਮੋਹਸਨ ਅਤਾ ਖਾਨ ਖੋਸਾ ਸਾਹਿਬ ਫਲਾਹੀ ਰਫਾਹੀ ਕੰਮੇ 'ਚ ਬਹੁਤ ਵੱਡੀ ਦਸਤਰਸ ਰੱਖਦੇ ਹਨ, ਔਰ ਬਹੁਤ ਜ਼ਿਆਦਾ ਸਟੂਡੈਂਟਸ ਐਸੇ ਹਨ ਕਿ ਜਿਹੜੇ ਤੁਹਾਡੇ ਇਲਮ 'ਚ ਹੀ ਨਹੀਂ, ਔਰ ਉਹ ਤਾਦਾਦ ਦਰਜਨੇ 'ਚ ਨਹੀਂ, ਉਹ ਤਾਦਾਦ ਸਮੇਂ 'ਚ ਨਹੀਂ, ਉਹ ਤਾਦਾਦ ਹਜ਼ਾਰੇ 'ਚ ਕਿ ਜੈਕੂ ਉਹ ਆਪਣੀ ਜ਼ਾਤੀ ਜੇਬ ਕਨੇ ਉਹਨੇ ਦੀ ਤਾਲੀਮ ਉਹ ਨਰਸਰੀ ਕਨੇ ਰੱਖ ਯੂਨੀਵਰਸਿਟੀ ਤੱਕ, MA ਤੱਕ ਜਾਂ PhD ਲੈਵਲ ਤੱਕ ਉਹ ਲੋਕ ਨਾਲ ਤਾਉਣ ਕਰੇਂਦਨ ਔਰ ਆਪਣੀ ਜੇਬ ਕਨੇ ਕਰੇਂਦਨ। ਇਹ ਫਰਕ ਹੈ ਜਿਹੜਾ ਸਰਦਾਰ ਜਾਵੇਦ ਖਾਨ ਸਾਹਿਬ 'ਚ ਇਹ ਕਤਨ ਹੀ ਕਹੇ ਨਹੀਂ, ਉਹ ਸਰਦਾਰ ਮੋਹਸਨ ਅਤਾ ਖਾਨ ਖੋਸੇ 'ਚ ਇਹ ਖੂਬੀ ਹੈ। ਬਹੁਤ ਬਹੁਤ ਸ਼ੁਕਰੀਆ ਸਰ, ਸਲਾਮਤ, ਬੜੀ ਮਿਹਰਬਾਨੀ ਸਰ।